ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਪਾਪਾ ਜੀ ਤੁਹਾਡਾ? ਮੇਰਾ ਨਾਮ ਕਾਲਾ ਸਿੰਘ ਹੈ ਜੀ। ਕਾਲਾ ਸਿੰਘ, ਤੋ ਜਿਵੇਂ ਤੁਸੀਂ ਦੱਸ ਰਹੇ ਸੀ ਸਹਿਰਾ ਜਿਮ ਮੈਂ ਆਉਣ ਤੋਂ ਪਹਿਲਾਂ ਇੱਥੇ ਥੈਰੇਪੀ ਲੈਣ ਤੋਂ ਪਹਿਲਾਂ ਕੀ ਦਿੱਕਤ ਪਰੇਸ਼ਾਨੀ ਹੋ ਗਈ ਸੀ? ਕਿਵੇਂ ਤੁਸੀਂ ਸਹਿਰਾ ਜਿਮ ਦੇ ਨਾਲ ਜੁੜੇ? ਕਿਆ ਤੁਸੀਂ ਦੱਸਣਾ ਚਾਹੋਗੇ ਇੱਕ ਵਾਰ? ਅਸੀਂ ਜਿਹੜਾ ਸ਼ੁਰੂ ਤੋਂ ਮੈਂ ਦੱਸਣਾ ਜੀ, ਇਹਨਾਂ ਦਾ ਨਾ ਇਹ ਬੱਚੇਦਾਨੀ ਦਾ ਆਪਰੇਸ਼ਨ ਹੋਇਆ, ਬੱਚੇਦਾਨੀ ਦਾ ਆਪਰੇਸ਼ਨ ਹੋਇਆ ਸੀ ਇਹਨਾਂ ਦਾ। ਉਹ ਡਾਕਟਰਾਂ ਨੇ ਅਰਲੀ ਜਲਦੀ ਕਰਤਾ ਸੀ, ਟਾਈਮ ਤੋਂ ਟਾਈਮ ਪੀਰੀਅਡ ਤੋਂ ਪਹਿਲਾਂ। ਅਸੀਂ ਡਾਕਟਰ ਸਾਹਿਬ ਦੀ ਸਲਾਹ ਲਈ, ਇਹਨਾਂ ਨੂੰ ਪ੍ਰੋਬਲਮ ਜ਼ਿਆਦਾ ਸੀ, ਡਾਕਟਰ ਸਾਹਿਬ ਕਹਿੰਦੇ ਵੀ ਇਹਨਾਂ ਦਾ ਆਪਰੇਸ਼ਨ ਜ਼ਰੂਰੀ ਆ। ਚਲੋ ਅਸੀਂ ਡਰ ਕੇ ਆਪਰੇਸ਼ਨ ਕਰਵਾਤਾ ਜੀ। ਆਪਰੇਸ਼ਨ ਤੋਂ ਬਾਅਦ ਇਹਨਾਂ ਦੀਆਂ ਸਮੱਸਿਆਵਾਂ ਵੱਧ ਗਈਆਂ ਜ਼ਿਆਦਾ ਜੀ। ਠੀਕ ਕੀ ਹੋਣੀਆਂ ਸੀ, ਸਮੱਸਿਆਵਾਂ ਜ਼ਿਆਦਾ ਵੱਧ ਗਈਆਂ ਅਤੇ ਇਹਨਾਂ ਦਾ ਤੁਰਨਾ ਫਿਰਨਾ ਸਾਰਾ ਕੁਛ ਬੰਦ ਹੋ ਗਿਆ ਜੀ। ਬੈੱਡ 'ਤੇ ਹੀ ਚਲੇ ਗਏ ਸੀ ਇਹਨਾਂ, ਲਾ ਲਓ ਵੀਲ ਚੇਅਰ ਦਾ ਕੰਮ ਹੋ ਗਿਆ ਸੀ ਜੀ। ਨਾ ਇਹ ਬੁਰਕੀ ਪਾ ਸਕਦੇ ਜੀ ਤੋੜ ਕੇ, ਨਾ ਇਹ ਕੋਈ ਕੱਪੜਾ ਪਾ ਸਕਦੇ ਸੀ। ਇਹਨਾਂ ਨੂੰ ਅਸੀਂ ਸਾਰੀ ਫੈਮਿਲੀ ਆਪਣੀ ਉਹ ਸਾਂਭਦੇ ਸੀ ਜੀ। ਵਾਸ਼ਰੂਮ ਵੀ ਇਹਨਾਂ ਨੂੰ ਚੱਕ ਕੇ ਕਰਵਾਉਣਾ, ਵੀਲ ਚੇਅਰ 'ਤੇ ਲਿਜਾਣਾ, ਇਹ ਤੋਂ ਜਿਹੜੇ ਸਾਰਾ ਕੰਮ ਇਹਨਾਂ ਨੂੰ ਚੱਕ ਕੇ ਕਰਵਾਉਂਦੇ ਸੀ, ਇਹ ਆਪਣੇ ਆਪ ਤੋਂ ਦੂਰ ਹੋ ਗਏ ਸੀ। ਕਿੰਨਾ ਟਾਈਮ ਹੋ ਗਿਆ ਗੱਲਾਂ ਨੂੰ? ਇਹ ਲਗਭਗ 1.5 ਸਾਲ ਪਹਿਲਾਂ ਦੀਆਂ ਗੱਲਾਂ ਨੇ ਜੀ। ਜਿੱਥੇ ਦਿਖਾਇਆ ਉਹ ਕੀ ਕਹਿੰਦੇ ਸੀ? ਅਸੀਂ ਹੋਸਪਿਟਲ ਆ ਜੀ, ਉੱਥੇ ਲਗਾਤਾਰ ਹਫ਼ਤੇ ਬਾਅਦ ਜੀ ਜਾਂਦੇ ਰਹੇ ਹਾਂ ਅਤੇ ਉੱਥੋਂ ਦਵਾਈ ਲਈ, ਉਹਨਾਂ ਨੇ ਆਪਦਾ ਟ੍ਰੀਟਮੈਂਟ ਕੀਤਾ, ਸਾਰੇ ਟੈਸਟ ਕੀਤੇ। ਯਾਨੀ ਕਿ ਡਾਕਟਰਾਂ ਨੂੰ ਮੈਂ ਜਿੱਥੇ ਜਿੱਥੇ ਵੀ ਜਿਹੜੇ ਜਿਹੜੇ ਵਿਸ਼ਵਾਸ ਤੋਂ ਬਿਨਾਂ ਕਿ ਜਿਹੜੇ ਵੀ ਡਾਕਟਰਾਂ ਕੋਲ ਗਿਆ, ਮੈਂ ਤਾਂ ਇੱਕ ਜਾਣਦਾ ਜੀ, ਉਹ ਸਾਰਿਆਂ ਦੇ ਤੁੱਕੇ ਨੇ। ਉਹ ਸਿਰਫ ਆਪਣੀਆਂ ਰਿਪੋਰਟਾਂ ਲੈਂਦੇ ਨੇ, ECG ਵੀ ਕਰ ਲੈਣਾ, ਏ ਤੋਂ ਜ਼ੈਡ ਸਾਰਾ ਕੁਛ ਕਰਤਾ ਜੀ, ਪਰ ਕਿਸੇ ਨੂੰ ਇਹਨਾਂ ਦੀ ਬਿਮਾਰੀ ਦਾ ਇਲਾਜ ਨਹੀਂ ਪਤਾ ਲੱਗਿਆ। ਅੱਛਾ, ਹਾਂ, ਬਸ ਉਹ ਆਪਦੇ ਤੁੱਕੇ ਲਾਉਂਦੇ ਰਹੇ। ਐਂਡ 'ਤੇ ਆ ਕੇ ਉਹਨਾਂ ਨੇ ਹੱਥ ਖੜੇ ਕਰਤੇ, ਕਹਿੰਦੇ ਕਿਸੇ ਹੋਰ ਨੂੰ ਦਿਖਾਓ ਜੀ। ਜਿਹੜੇ ਵੀ ਡਾਕਟਰ ਕੋਲ ਜਾਂਦੇ ਰਹੇ, ਕਿਸੇ ਨੂੰ ਕੋਈ ਸਮਝ ਨਹੀਂ ਲੱਗੀ ਜੀ, ਚਾਹੇ ਕੋਈ ਹੱਡੀਆਂ ਵਾਲਾ ਸੀ ਚਾਹੇ ਦੂਜਾ ਸੀ, ਚਾਹੇ ਮੈਡੀਸਨ ਸੀ, ਸਾਰਿਆਂ ਦੇ ਤੁੱਕੇ ਨੇ। ਮੈਂ ਤਾਂ ਇੱਕ ਜ਼ਿੰਦਗੀ 'ਚ ਆਪਦਾ ਤਜਰਬਾ ਕਰ ਲਿਆ, ਡਾਕਟਰਾਂ ਕੋਲ ਤੁੱਕੇ ਨੇ, ਡਾਕਟਰਾਂ ਕੋਲ ਇਲਾਜ ਨਹੀਂ ਹੈਗਾ ਜੀ। ਫਿਰ ਹਾਲਤ ਕਿਆ, ਕੈਸੀ ਹਾਲਤ ਹੋ ਗਈ ਸੀ ਮਾਤਾ ਜੀ ਦੀ? ਹਾਲਤ ਇਹਨਾਂ ਦੀ ਬਹੁਤ ਜ਼ਿਆਦਾ ਨਾਜ਼ੁਕ ਸੀ, ਬਹੁਤ ਜ਼ਿਆਦਾ ਨਾਜ਼ੁਕ। ਰਿਸ਼ਤੇਦਾਰ ਵੀ ਆਸ ਛੱਡ ਗਏ ਸੀ ਇਹਨਾਂ ਦੇ, ਇਹ ਖੁਦ ਵੀ ਆਪਦੀ ਆਸ ਛੱਡ ਚੁੱਕੀ ਸੀ ਜੀ। ਮਤਲਬ ਵੀ ਇਹ ਕਹਿੰਦੇ ਵੀ ਮੈਂ ਜੀਣਾ ਤਾਂ ਬਚਤ ਨਹੀਂ ਤਾਂ ਹੈ ਨਹੀਂ, ਹਾਲਤ ਇੰਨੀ ਨਾਜ਼ੁਕ ਸੀ। ਸਰ ਮੈਂ ਤਾਂ ਚੁੰਨੀ ਤੱਕ ਨਹੀਂ ਲਈ ਜਾਂਦੀ ਸੀਗੀ, ਐਵੇਂ ਜੇ ਹੁਣ ਚੱਕ ਕੇ ਆਪਾਂ ਚੁੰਨੀ ਮੋਢੇ ਤੇ ਲੈਣੇ ਜੀ, ਐਵੇਂ ਮਤਲਬ ਹਾਂਜੀ ਐਵੇਂ ਨਹੀਂ ਲਈ, ਇਹ ਚੀਕ ਮਾਰਦੇ ਸੀ, ਨਹੀਂ ਪੈਂਦੇ ਸੀ ਆਪਾਂ ਜੀ, ਨਹਾਇਆ ਨਹੀਂ ਜਾਂਦਾ ਸੀ, ਬਾਥਰੂਮ ਚ ਬੜੇ ਨਹੀਂ ਜਾਂਦੇ, ਤੁਰੇ ਨਹੀਂ ਜਾਂਦੇ ਸਰ, ਜਦੋਂ ਅੰਗ ਪੈਰ ਸਾਰੇ ਤਾਂ ਜਵਾਬ ਦੇ ਗਏ ਸੀ ਹੱਥ ਪੈਰੇ। ਬੈੱਡ ਤੇ ਸਿੱਧੇ ਪੈਣੇ ਜੀ, ਪਾਸਾ ਲੈਣਾ ਦੀ ਪਾਸਾ ਨਹੀਂ ਲੈ ਸਕਦੇ ਸੀ ਜੀ, ਇਹਨਾਂ ਨੂੰ ਅਸੀਂ ਆਪ ਦੋ ਜਣੇ ਲਾ ਕੇ ਪਾਸਾ ਦਵਾਉਣਾ ਜੀ, ਪਾਸਾ ਅਸੀਂ ਦੋ ਜਣੇ ਦਵਾਉਣਾ, ਫੇਰ ਵੀ ਇਹਨੇ ਚੀਕਾਂ ਹੀ ਮਾਰਨੀਆਂ ਜੀ। ਇਹਨਾਂ ਸਰੀਰ ਚ ਦਰਦ ਸੀ, ਇੰਨੀ ਨਾਜ਼ੁਕ ਹਾਲਤ ਸੀ ਜੀ ਇਹਨਾਂ ਦੇ ਜੀ। ਫਲੱਸ਼ ਦੇ ਹੱਥ ਵੀ ਮੈਂ ਧੋਂਦਾ ਰਿਹਾ ਜੀ ਉਰਦਾ ਤੱਕ, ਹਾਂਜੀ, ਕਿ ਉਹਨਾਂ ਦੇ ਹਲਚਲ ਨਹੀਂ ਹੁੰਦੀ ਸੀ ਜੀ। ਠੀਕ ਹੈ, ਫਿਰ ਜੀਵਨ ਸਾਥੀ ਹੈ, ਜੇ ਔਖੀ ਘੜੀ ਜੀਵਨ ਸਾਥੀ ਦੇ ਨਾਲ ਨਹੀਂ ਖੜਾਂਗੇ, ਮੈਂ ਕਹਿੰਦਾ ਫਿਰ ਜੀਵਨ ਸਾਥੀ ਕਹਾਣ ਦਾ ਫਾਇਦਾ ਹੀ ਨਹੀਂ ਹੈਗਾ ਕਿਸੇ। ਠੀਕ ਹੈ ਨਾ, ਹੁਣ ਕੋਈ ਹੈ ਕਹਿੰਦੇ ਹੈ ਜੀ ਹਸਬੈਂਡ ਵਾਈਫ ਇਤਨਾ ਜ਼ਰੂਰੀ ਰਿਸ਼ਤਾ ਹੈ ਨਾ, ਬਸ ਔਖੇ ਟਾਈਮ ਤੇ ਹਸਬੈਂਡ ਵਾਈਫ ਹੀ ਆਪਸ ਵਿੱਚ ਸਾਥ ਦਿੰਦੇ ਆ। ਬਿਲਕੁਲ ਜੀ, ਅਗਰ ਇੱਕ ਹਿਸਾਬ ਸੇ ਦੇਖਿਆ ਜਾਏ ਮਾਤਾ ਜੀ, ਕਿਆ ਹਾਲਾਤ ਬਣੇ ਹੋਣਗੇ ਉਸ ਟਾਈਮ ਨਾ? ਸਰ ਜੀ ਉਹ ਟਾਈਮ ਯਾਦ ਕਰਕੇ ਤਾਂ, ਜੇ ਰਾਤ ਨੂੰ ਕਈ ਵਾਰੀ ਟਾਈਮ ਯਾਦ ਆਉਂਦਾ, ਮੈਨੂੰ ਨੀਂਦ ਨਹੀਂ ਆਉਂਦੀ ਸਾਰੀ ਰਾਤ ਵੀ, ਕਿਹੋ ਜਿਹਾ ਟਾਈਮ ਆਇਆ ਸੀਗਾ। ਚਲੋ ਸ਼ੁਕਰ ਹੈ ਜੀ ਪਰਮਾਤਮਾ ਦਾ, ਵਾਹਿਗੁਰੂ ਦਾ, ਮੈਨੂੰ ਜੀਵਨ ਸਾਥੀ ਵਧੀਆ ਦਿੱਤਾ ਜੀ, ਮੇਰੀ ਫੈਮਿਲੀ ਬਹੁਤ ਵਧੀਆ, ਜਿਨ੍ਹਾਂ ਨੇ ਮੈਨੂੰ ਸੰਭਾਲਿਆ ਉਸ ਟਾਈਮ, ਇਹਨਾਂ ਨੇ ਮੈਨੂੰ ਡੋਲਣ ਨਹੀਂ ਦਿੱਤਾ। ਸਰ ਜੀ ਮੈਂ ਰੋਂਦੀ ਵੀ ਸੀ, ਮੈਂ ਕਹਿੰਦੀ ਸਰਦਾਰ ਜੀ ਹੁਣ ਮੈਂ ਬਚਦੀ ਨਹੀਂ, ਤਾਂ ਇਹ ਮੈਨੂੰ ਕਹਿੰਦੇ ਜੇ ਤੂੰ ਹੌਸਲਾ ਛੱਡ ਗਈ ਫਿਰ ਉਦੋਂ ਜ਼ਿਆਦਾ ਦਿੱਕਤ ਆਉਣਗੀਆਂ, ਹੋਰ ਪ੍ਰੋਬਲਮ ਖੜੀ ਹੋਊਗੀ, ਵੀ ਪਰ ਤੂੰ ਟੈਨਸ਼ਨ ਨਹੀਂ ਲੈਣੀ, ਮੈਂ ਹੈਗਾ ਤੈਨੂੰ ਬਚਾਉਣਾ। ਇਹਨਾਂ ਨੇ ਮੈਨੂੰ ਹੌਸਲਾ ਬਹੁਤ ਦਿੱਤਾ ਜੀ, ਮੇਰੀ ਕੇਅਰ ਕੀਤੀ, ਬਹੁਤ ਜ਼ਿਆਦਾ ਸੰਭਾਲ ਕੀਤੀ ਜੀ, ਜੇ ਅੱਜ ਮੈਂ ਸਰ ਇੱਥੇ ਬੈਠੀ ਹਾਂ ਇਹਨਾਂ ਦੀ ਬਦੌਲਤ। ਵਾਹਿਗੁਰੂ ਦੀ, ਬਿਲਕੁਲ ਵਾਹਿਗੁਰੂ ਨੇ ਦੁੱਖ ਕੱਟਿਆ। ਬਿਲਕੁਲ ਉਹ ਟਾਈਮ
ਅਗਰ ਦੁਬਾਰਾ ਯਾਦ ਕਰੇ ਤਾਂ ਕਿਆ ਔਖਾ ਟਾਈਮ? ਵਾਹਿਗੁਰੂ ਔਖਾ ਹੀ ਯਾਦ ਵੀ ਨਾ ਕਰਾਵੇ ਕਿਸੇ ਨੂੰ, ਦੁੱਖ ਇਹੋ ਜਿਹਾ ਭਿਆਨਕ ਬਿਮਾਰੀ ਨੇੜੇ ਕਿਸੇ ਦੇ ਲਾਵੇ ਵੀ ਨਾ ਜੀ। ਜਦੋਂ ਤੁਹਾਡੀ ਇਤਨੀ ਦਿੱਕਤ ਪਰੇਸ਼ਾਨੀ ਸੀ, ਫਿਰ ਤੁਹਾਨੂੰ ਮਤਲਬ ਹਰੇਕ ਜਗ੍ਹਾ ਇਲਾਜ ਵੀ ਕਰਾ ਲਿਆ ਸਾਰਾ ਕੁਛ ਜੋ ਹੈ, ਫਿਰ ਤੁਹਾਨੂੰ ਸਹਿਰਾ ਜਿੰਮ ਦੇ ਬਾਰੇ ਕਿਵੇਂ ਪਤਾ ਲੱਗਿਆ? ਸਹਿਰਾ ਜਿੰਮ ਜੀ ਮੇਰੀ ਭਰਜਾਈ ਉਰੇ ਆਉਂਦੀ ਸੀ ਜੀ, ਨਾਮ ਉਹਦਾ ਕਰਨਾ ਜੀ। ਉਹ ਕਾਫੀ ਦਿਨਾਂ ਤੋਂ ਉਹਨਾਂ ਨੂੰ ਕਹਿੰਦੇ ਵੀ ਰਹੀ ਤੁਸੀਂ ਸਹਿਰਾ ਜਿੰਮ ਜਾਓ, ਸਹਿਰਾ ਜਿੰਮ ਜਾਓ, ਪਰ ਰਹੇ ਸੀ ਜੋ ਡਾਕਟਰਾਂ ਦਾ ਭੂਤ ਚੜਿਆ ਹੋਵੇ, ਡਾਕਟਰ ਨਾਲ ਵੱਡੇ ਤੋਂ ਵੱਡੇ ਨੂੰ ਦਿਖਾ ਰਹੇ ਜੀ, ਪੈਸਾ ਵੀ ਬਹੁਤ ਲਾ ਰਹੇ ਹਾਂ, ਵੀ ਸਹਿਰਾ ਜਿੰਮ ਉੱਥੇ ਕੀ ਕਰੂ ਜੀ? ਇੱਕ ਸਰ ਮੈਨੂੰ ਉੱਥੇ ਕੋਈ ਬਜ਼ੁਰਗ ਜੇ ਸੀਗੇ, ਦੇਸੀ ਕਰਦੇ ਸੀਗੇ ਟ੍ਰੀਟਮੈਂਟ ਜੀ, ਇਹ ਮੈਨੂੰ ਉੱਥੇ ਦੱਸ ਪਾਈ ਸਾਨੂੰ, ਇਹ ਮੈਨੂੰ ਉੱਥੇ ਲੈ ਗਏ। ਉੱਥੇ ਮਤਲਬ ਬਾਰੀ ਵੀ ਟੋਕਨ ਤੇ ਮਿਲਦੀ ਸੀਗੀ, ਸਾਰਾ ਸਾਰਾ ਦਿਨ ਲੱਗ ਜਾਂਦਾ ਸੀ ਸਰ। ਜਦੋਂ ਮੈਨੂੰ ਅੰਦਰ ਲੈ ਕੇ ਜਾਂਦੇ ਮੈਨੂੰ ਡਰ ਲੱਗਣ ਲੱਗ ਜਾਂਦਾ ਸੀ ਵੀ ਹੁਣ ਮੈਨੂੰ ਕੀ ਬਣੇਗੀ ਮੇਰੇ ਨਾਲ। ਦੂਸਰ ਮੈਨੂੰ ਮੁੱਦੇ ਪਾ ਲੈਂਦੇ ਸੀ, ਇੰਨਾ ਵੱਡਾ ਤਾਂ ਇੰਨਾ ਮੋਟਾ, ਉਹਨਾਂ ਨੂੰ ਸੋਟਾ ਜੰਮਦਾ ਸੀਗਾ ਕਾਫੀ ਵੱਡਾ। ਉਹਨਾਂ ਨੇ ਪਤਾ ਕੀ ਕਰਨਾ ਸੀ, ਸਾਰੀ ਰੀੜ ਦੀ ਹੱਡੀ ਤੇ ਐਵੇਂ ਰਗੜਾ ਚੜਨਾ ਜੀ ਉਹਦੇ ਨਾਲ। ਮੈਂ ਜਦੋਂ ਮੈਨੂੰ 2-3 ਛੱਡ ਕੇ ਲੈ ਕੇ ਜਾਂਦੇ, ਮੈਂ ਕਹਿੰਦੀ ਮੈਂ ਨੀ ਜਾਣਾ ਜੀ, ਮੈਂ ਉੱਥੇ ਮੈਂ ਬਹੁਤ ਔਖੇ ਨੂੰ। ਹੁਣ ਹੱਲ ਵੀ ਕੋਈ ਨੀ ਸੀ ਇਹਨਾਂ ਨੂੰ, ਆਇਆ ਸੀਗਾ ਵੀ ਇੱਥੋਂ ਹੀ ਫਰਕ ਪੈ ਜੀ, ਇੱਥੋਂ ਹੀ ਫਰਕ ਪਏ, ਪਰ ਸਰ ਮੈਂ ਬਹੁਤ ਹੰਡਾਈਆਂ ਨੇ ਦਾਂਦੇ ਉਹ ਟਾਈਮ ਯਾਦ ਕਰਿਆ। ਪਾਪਾ ਤਾਂ ਇਹ ਸੋਚਦੇ ਥਾ ਕਿ ਹੋ ਜਾਏਗੀ, ਹੋ ਜਾਏ, ਹਾਂ ਦਿੱਕਤ ਪਰੇਸ਼ਾਨੀ ਹੋ ਕੇ ਠੀਕ ਹੋ ਜਾਏਗੀ, ਠੀਕ ਹੋ ਜਾਏਗੀ ਸਰ। ਹਰ ਇੱਕ ਦੇ ਸਾਹਮਣੇ ਆਸ ਹੀ ਹੁੰਦੀ ਹੈ ਕਿ ਕਿਤੇ ਨਾ ਕਿਤੇ ਜਾ ਕੇ ਚਲੋ ਕਿਤੇ ਨਾ ਕਿਤੇ ਠੀਕ ਹੀ ਹੋ ਜਾ, ਪਰ ਮਤਲਬ ਤੁਸੀਂ ਹਰ ਇੱਕ ਜਗ੍ਹਾ ਚਲੇ ਗਏ ਪਰ ਠੀਕ ਨਹੀਂ, ਜਿਹੜਾ ਟ੍ਰੀਟਮੈਂਟ ਨਹੀਂ ਹੋਇਆ। ਉਹਦੀ ਟਾਈਮ ਵੀ ਕਿਤਨੇ ਸਾਲ ਹੋ ਗਏ ਸੀ? ਟਾਈਮ 2-2.5 ਸਾਲ ਦੇ ਵਿੱਚ ਹੋ ਗਏ। ਤੇ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਭਰਜਾਈ ਨੇ ਸਾਨੂੰ ਦੱਸਿਆ ਜੀ, ਉਹ ਲੜੀ ਘਰ ਜਾ ਕੇ ਇਹਨਾਂ ਨਾਲ। ਉਸ ਤੋਂ ਬਾਅਦ ਫਿਰ ਮੈਂ ਕਿਸ ਬਾਤ ਤੇ ਲੜੀ? ਵੀ ਤੁਸੀਂ ਸਹਿਰਾ ਜਿੰਮ ਜਾ ਕਿਉਂ ਨਹੀਂ ਰਹੇ ਜੀ? ਮਤਲਬ ਸਹਿਰਾ ਹਾਂ, ਉਹ ਕਹਿੰਦੇ ਜੇ ਤੂੰ ਬੱਚੀ ਹੁੰਦੀ ਮੈਂ ਤੈਨੂੰ ਚੱਕ ਕੇ ਗੋਦੀ ਲੈ ਜਾਂਦੀ, ਮਤਲਬ ਜਦੋਂ ਮਤਲਬ ਸੁਣਿਆ ਨਹੀਂ, ਸੁਣਿਆ ਨਹੀਂ, ਹਾਂਜੀ। ਉਹ ਤਾਂ ਉਹ ਹੋ ਜਾਂਦਾ ਜੀ ਕਿ ਸਾਰੀ ਜਗ੍ਹਾ ਚਲੇ ਗਏ, ਜਦੋਂ ਠੀਕ ਨਹੀਂ ਹੋਇਆ ਤਾਂ ਉੱਥੇ ਕੀ ਹੋ ਜਾਊਗਾ। ਹਾਂਜੀ, ਫਿਰ ਜਦੋਂ ਅਸੀਂ ਉਰੇ ਆਏ ਜੀ, ਉਰੇ ਤੁਹਾਨੂੰ ਤਾਂ ਪਤਾ ਹੀ ਤੁਸੀਂ ਹਾਲਤ ਦੇਖੀ ਆ, ਉਹਦੇ ਤਾਂ ਤਕਰੀਬਨ ਮੇਰੇ ਖਿਆਲ ਸ਼ਾਇਦ ਇਹਨਾਂ 'ਚ ਕੋਈ ਪੁਰਾਣਾ ਸ਼ਾਇਦ ਨਾ ਹੀ ਹੋਵੇ ਜੀ, ਮਤਲਬ ਬਹੁਤ ਨਾਜ਼ੁਕ ਹਾਲਤ ਸੀ ਜੀ। ਤੇ ਉਸ ਤੋਂ 2-4 ਦਿਨ ਆਏ ਤਾਂ ਇੱਕ ਵਾਰ ਇਹਨਾਂ ਦੀ ਸਮੱਸਿਆ ਵਧੀ, ਸਹਿਰਾ ਜਿੰਮ 'ਚ ਆ ਕੇ ਇੱਕ ਵਾਰ ਸਮੱਸਿਆ ਵੱਧਦੀ ਹੈ। ਮੈਂ ਸਾਰਿਆਂ ਨੂੰ ਇਹ ਗੱਲ ਕਹਿ ਰਿਹਾ ਜੀ, ਬੇਨਤੀ ਹੈ ਵੀ ਜੇ ਤੁਸੀਂ ਆਓਗੇ ਤੁਹਾਡਾ ਦਰਦ ਪੇਨ ਵੱਧਦਾ, ਉਹਨੂੰ ਛੱਡਣਾ ਨਹੀਂ, ਸਹਿਰਾ ਜਿੰਮ ਨੂੰ ਲਗਾਤਾਰ ਆਉਣਾ, ਕਿਉਂਕਿ ਇਸਨੇ ਤਾਂ ਆਪਣੀ ਥੈਰੇਪੀ ਨਾਲ ਰੀੜ੍ਹ ਦੀ ਹੱਡੀ ਸੈੱਟ ਕਰਨੀ ਹੈ ਜੋ ਇੱਧਰ ਉੱਧਰ ਹੋ ਰਿਹਾ ਹੈ, ਜਦੋਂ ਪੇਟੈਂਟ ਟੈਕਨੋਲੋਜੀ ਹੈ ਇਸਕੇ ਅੰਦਰ। ਉਰੇ ਇਹਨਾਂ ਨੂੰ ਸਮੱਸਿਆ ਵਧੀ ਜੀ ਇੱਕ ਦਿਨ, ਸਾਰਾ ਸਟਾਫ ਵੀ ਘਬਰਾ ਗਿਆ ਸੀ, ਪਰ ਅਸੀਂ ਕਿਹਾ ਕੋਈ ਗੱਲ ਨਹੀਂ, ਮੈਂ ਕਿਉਂ ਮੈਂ ਪਹਿਲਾਂ ਹਾਲਤ ਦੇਖੀ ਸੀ, 9 ਦਿਨ ਦੇਖਿਆ ਸੀ ਤੁਸੀਂ, ਬਾਥਰੂਮ ਵੀ ਸਾਡੇ ਅੱਗੇ ਹੀ ਦੀ ਗੱਲ ਹੈ, ਚੱਕ ਕੇ ਬਾਥਰੂਮ ਤੱਕ ਲੈ ਕੇ ਗਏ ਸੀ। ਹਾਂਜੀ, ਉਸ ਤੋਂ ਬਾਅਦ ਚਲੋ ਉਰੇ ਫਿਰ ਤੁਸੀਂ ਸਪੈਸ਼ਲ ਥੈਰੇਪੀ ਦਿੱਤੀ, ਮੈਟ ਤੇ ਲਟਾਇਆ, ਸਪੈਸ਼ਲ ਥੈਰੇਪੀ ਦੇ ਕੇ ਜਦੋਂ ਇਹਨਾਂ ਨੂੰ ਲੈ ਗਏ ਬਾਹਰ, ਵੀ ਸਾਨੂੰ ਲੋਕਾਂ ਨੇ ਫੇਰ ਕਿਹਾ ਤੂੰ ਫਲਾਣੀ ਜਗ੍ਹਾ ਲੈ ਜਾ, ਟਿਮਕੀ ਜਗ੍ਹਾ ਲੈ, ਪਰ ਮੈਂ ਫਿਰ ਸਾਰਿਆਂ ਦਾ ਵਿਸ਼ਵਾਸ ਛੱਡ ਦਿੱਤਾ, ਪਹਿਲੇ ਜਾ ਹੀ ਚੁੱਕੇ ਹਾਂ ਹਰ ਇੱਕ ਜਗ੍ਹਾ, ਫਿਰ ਮੈਂ ਇੱਕ ਵਿਸ਼ਵਾਸ ਸਹਿਰਾ ਜਿੰਮ ਤੇ ਹੀ ਰੱਖ ਲਿਆ ਸੀ ਜੀ, ਵੀ ਜੇ ਹੁਣ ਇਲਾਜ ਹੋਏਗਾ ਤਾਂ ਉਰੇ ਹੋ ਸਕਦਾ ਕਿਤੇ ਨਹੀਂ ਜੀ। ਮਤਲਬ ਅਗਰ ਦੇਖਿਆ ਜਾਏ, ਅਗਰ ਤੁਹਾਡੀ ਜਗ੍ਹਾ ਉਹ ਕੋਈ ਹੁੰਦਾ ਤਾਂ ਉਹ ਤੇ ਸੋਚਦਾ ਯਾਰ ਪਹਿਲੀ ਦਿੱਕਤ ਵੱਡ ਰਹੀ ਸੀ ਹੋਰ ਬੜਾਤੀ ਹੈ ਨਾ। ਹਾਂਜੀ ਸਰ, ਇੱਕ ਵਾਰੀ ਤਾਂ ਬਹੁਤ ਵਧੀਆ ਜੀ, ਮੈਨੂੰ ਸਮੱਸਿਆ ਬਹੁਤ ਜ਼ਿਆਦਾ ਸ਼ੁਰੂ ਮੈਂ ਦਿੱਕਤ ਜੀ ਦਿੱਕਤ ਆਈ ਸੀਗੀ, 10-15 ਦਿਨਾਂ ਦੇ ਅੰਦਰ ਮੈਨੂੰ ਬਹੁਤ ਦਿੱਕਤ ਆਈ ਸੀਗੀ। ਉਸਕੇ ਬਾਅਦ ਉਸ ਤੋਂ ਬਾਅਦ ਫਿਰ ਮੈਨੂੰ ਸਪੈਸ਼ਲ ਥੈਰੇਪੀ ਦਿੱਤੀ ਗਈ ਜੀ ਇੱਥੇ, ਤੇ ਮੈਨੂੰ 2 ਘੰਟੇ ਜੋ ਦਿੱਕਤ ਹੈ ਤੁਹਾਡੀ ਉਸ ਰੀੜ ਦੀ ਹੱਡੀ ਦੇ ਉੱਤੇ, ਹਾਂਜੀ, ਫਿਰ ਉਸ ਤੋਂ ਬਾਅਦ ਮੈਟ ਯੂਜ਼ ਕਰਵਾਇਆ ਜੀ ਜਦੋਂ ਸਮੱਸਿਆ ਹੋਣ ਤੋਂ ਬਾਅਦ ਜੀ। ਤੇ ਫਿਰ ਸਰ ਮੈਂ ਹੌਲੀ ਹੌਲੀ ਜਦੋਂ ਮੈਨੂੰ ਉਠਾਇਆ ਗਿਆ ਮੈਟ ਤੋਂ, ਮੈਂ ਵਜਨ ਦਿੱਤਾ ਲੱਤ ਤੇ, ਹੌਲੀ ਹੌਲੀ ਵਜਨ ਆਇਆ ਜੀ, ਕਿਤੇ ਮੈਂ ਤੋਂ ਪੌੜੀਆਂ ਤੋਂ ਉਤਰਿਆ ਨਹੀਂ ਸੀ ਜਾਂਦਾ, ਫਿਰ ਮੈਂ ਖੁਦ ਚੱਲ ਕੇ ਪੌੜੀਆਂ ਚੱਲ ਕੇ ਖੁਦ ਮੈਂ ਫਿਰ ਬਿਨਾਂ ਕਿਸੇ ਸਹਾਰੇ ਤੋਂ ਪੌੜੀਆਂ ਆਪ ਚੜਦੇ ਸੀ, ਆਪ ਉਤਰਦੇ ਸੀ ਜੀ। ਪਹਿਲੇ ਆਏ ਸੀ ਤੁਸੀਂ ਔਖੇ ਹੋ ਕੇ ਆਏ ਸੀ, ਪਰ ਉਸਕੇ ਬਾਅਦ ਜੋ ਹੈ ਮਤਲਬ ਆਪਣੇ ਬੈਲਟ ਵੀ ਉਤਰ ਗਈ, ਉਸਕੇ ਬਾਅਦ ਪੈਦਲ ਖੁਦ ਜਾਣਾ ਆਣਾ ਜਾਣਾ ਚੱਲ ਪਿਆ ਜੀ। ਤਾਲੀ ਵਜਾ ਦਿਓ ਜੀ ਫਿਰ ਜੀ। ਉਹ ਫਿਰ ਉਸਕੇ ਬਾਅਦ ਹੋਰ ਜ਼ਿਆਦਾ ਵਿਸ਼ਵਾਸ ਹੋ ਗਿਆ ਹੋਗਾ ਸਰ, ਹੁਣ ਤਾਂ ਕਹਿੰਦੇ ਆ ਵੀ ਇੱਥੇ ਇਹ ਨਾਲੋ ਜੀ ਜਿੱਤੋਂ ਬੁਰਕੀ ਨੂੰ ਮੂੰਹ ਚ ਪੈਂਦੇ ਜੀ, ਫਿਰ ਉਹ ਭੰਗੜੇ ਵੀ ਪਾਏ ਜੀ, ਉਰੇ ਵਗੈਰਾ ਵੀਡੀਓ ਵੀ ਤੁਹਾਡੇ ਕੋਲ ਸਰ ਜੀ ਪਈਆਂ ਹੋਣੀਆਂ, ਸਾਡੇ ਪੁਰਾਣੀਆਂ, ਬੇਟੀ ਦੀ ਮੈਰਿਜ ਕਰੀ ਆ ਉੱਥੇ, ਇਹਨਾਂ ਨੇ ਪੂਰਾ ਵਰਕ ਕੀਤਾ ਜੀ, ਪੂਰੀ ਮਿਹਨਤ ਆ,
ਤਨਦੇਹੀ ਨਾਲ ਸਾਰਾ ਕੰਮ ਕੀਤਾ ਜੀ, ਵਿਆਹ 'ਚ ਨੱਚੇ ਵੀ ਪੂਰਾ, ਸਾਰੇ ਕੰਮ ਕੀਤੇ ਨੇ ਜੀ। ਫਿਰ ਲਗਾਤਾਰ ਇਹ ਆਏ ਨਹੀਂ 7-8 ਮਹੀਨੇ ਜੀ, ਫਿਰ ਸਾਡੇ ਇੱਕ ਮੈਰਿਜ ਸੀ ਜੀ, ਇਹਨਾਂ ਨੇ ਉਹ ਹੀਲ ਪਾ ਲਈ ਜੀ, ਇਹਨਾਂ ਨੇ ਲਿਆ ਕੇ ਰੱਖੀ ਹੋਈ ਸੀ ਹੀਲ ਵਾਲੇ ਸੈਂਡਲ 'ਚ, ਇਹਦੇ ਦਿਲ 'ਚ ਸੀ ਮੈਂ ਕਦੋਂ ਪਾਊ। ਮੈਨੂੰ ਇੱਕ ਯਾਦ ਹੈ ਜਦੋਂ ਸਿਸਟਰ ਦੀ ਸ਼ਾਦੀ ਸੀ, ਅਸੀਂ ਗਏ ਸੀ ਉੱਥੇ, ਤਾਂ ਉੱਥੇ ਬੜਾ ਲੱਗੀ ਨਹੀਂ ਰਹਾ ਤੁਹਾਨੂੰ ਦਿੱਕਤ? ਨਹੀਂ ਸਰ, ਮੈਂ ਬਿਲਕੁਲ ਓਕੇ ਸੀਗੀ ਉਦੋਂ ਜੀ, ਬਿਲਕੁਲ ਨੋਰਮਲ। ਮੈਂ ਉਦੋਂ ਵੀ ਪਾਈ ਹੈ ਜੀ, ਬੇਟੀ ਦੇ ਵਿਆਹ ਨੂੰ ਵੀ ਪਾਈ ਆ, ਵਧੀਆ ਇੰਜੋਏ ਕੀਤਾ ਜੀ, ਪੂਰਾ ਡਾਂਸ। ਹਾਂਜੀ, ਉਸ ਤੋਂ ਬਾਅਦ ਥੋੜਾ ਜਿਹਾ ਫਿਰ ਉਹੀ ਗੱਲ ਹੈ ਜੀ, ਮਨ ਦੇ ਵਿੱਚ ਲਾਲਚ ਆ ਜਾਂਦਾ ਜਦੋਂ ਰਿਸ਼ਤੇਦਾਰੀ ਦੇ ਵਿੱਚ ਮੈਂ ਜਾਈ, ਹੋਰ ਉੱਚੀ ਹੀਲ ਪਾ ਲਈ ਜੀ, ਲੋੜ ਤੋਂ ਵੱਧ ਪਾ ਲਈ, ਇਸ ਕਰਕੇ ਮੈਨੂੰ ਥੋੜੀ ਜਿਹੀ ਦਿੱਕਤ ਆ, ਥੋੜੀ ਸਮੱਸਿਆ ਆ ਗਈ। ਫਿਰ ਉਸ ਤੋਂ ਬਾਅਦ ਹੁਣ ਮੈਨੂੰ ਫਰਕ ਆਈ। ਅੱਛਾ, ਤੋਂ ਮਤਲਬ ਅਬ ਕਹਿਣ ਮੈਂ ਅਗਰ ਦੇਖਿਆ ਜਾਏ, ਮਤਲਬ ਜੋ ਸਾਰੀ ਜਗ੍ਹਾ ਤੁਹਾਨੂੰ ਆਰਾਮ ਨਹੀਂ ਲੱਗਿਆ, ਉਹ ਸਾਰਾ ਜਿਮ ਦੇ ਵਿੱਚ ਤੁਹਾਨੂੰ ਲੱਗਿਆ? ਮੈਂ ਸਰ ਜੀ ਇੱਕ ਹੀ ਗੱਲ ਕਹੂੰ ਸਾਰਾ ਜਿਮ ਦਾ ਸਾਰਿਆਂ ਨੂੰ, ਵੀ ਸਾਰਾ ਜਿਮ ਇੱਕ ਐਸਾ ਸਥਾਨ ਜਿੱਥੇ ਹਰ ਬਿਮਾਰੀ ਦਾ ਸਮਾਧਾਨ, ਹੋਰ ਕਿਤੇ ਹੋਵੇ ਨਾ ਹੋਵੇ ਸਾਰਾ ਜਿਮ 'ਚ ਹਰ ਇੱਕ ਬਿਮਾਰੀ ਦਾ ਸਮਾਧਾਨ ਹੈ। ਦੇਖੋ ਇੱਥੇ ਵੈਸੇ ਦੇਖਿਆ ਜਾਏ ਤਾਂ ਬਿਮਾਰੀ ਤਾਂ ਠੀਕ ਨਹੀਂ, ਇੱਥੇ ਤਾਂ ਇਸ ਮਸ਼ੀਨਾਂ ਨੇ ਨਾ ਆਪਣੀ ਰੀੜ੍ਹ ਦੀ ਹੱਡੀ ਸੈੱਟ ਕਰਨੀ ਹੈ, ਉਹਦੇ ਨਾਲ ਹੀ ਸਾਰਾ ਸਿਸਟਮ ਜੋ ਹੈ ਉਹ ਜੁੜਿਆ ਹੋਇਆ, ਰੀੜ੍ਹ ਦੀ ਹੱਡੀ ਸੈੱਟ ਹੈ। ਵੈਸੇ ਵੀ ਅਗਰ ਦੇਖਿਆ ਜਾਏ ਜੋ ਕਿਤੇ ਵੀ ਤੁਹਾਡਾ ਇਲਾਜ ਨਹੀਂ ਹੋ ਪਾਇਆ, ਉਹ ਸਾਰਾ ਜਿਮ ਦੀ ਥੈਰੇਪੀ ਦੇ ਨਾਲ ਹੋ ਗਿਆ, ਤਾਂ ਹੁਣ ਪਿੱਛੇ ਜੇ ਆਉਣਾ ਛੱਡ ਗਏ ਸੀ ਜੀ, ਇਹਨਾਂ ਨੂੰ ਸਮੱਸਿਆ ਫੇਰ ਵਧੀ ਹੈ ਜੀ, ਤੇ ਹੁਣ ਫੇਰ ਸਾਰਾ ਜਿਮ ਦੀ ਥੈਰੇਪੀ ਲੈਣਾ ਫੇਰ ਠੀਕ ਹੈ ਜੀ। ਅਸੀਂ ਤਾਂ ਹੀ ਮਸ਼ੀਨ ਬੁੱਕ ਕੀਤੀ, ਮੈਂ ਉਦੋਂ ਸੰਗਤ ਦੇ ਵਿੱਚ ਅਭੀ ਆਪਨੇ ਮਸ਼ੀਨ ਬੁੱਕ ਕਰਵਾਈ, ਪਹਿਲੇ ਆਪਨੇ ਇੱਕ ਆਪਣਾ ਸਾਰਾ ਜਿਮ ਦਾ ਮੈਟ ਆਂਦਾ ਹੈ, ਉਹ ਸੈਰਾਮਿਕਸ ਮੈਟ, ਉਹ ਵੀ ਬੁੱਕ ਕਰਵਾਇਆ ਸੀ, ਉਹ ਵੀ ਖਰੀਦ ਕੇ ਘਰ ਪੇ ਲੈ ਕੇ ਗਏ ਹੋ, ਤਾਂ ਉਹਦਾ ਕੀ ਫਾਇਦਾ ਲੱਗਿਆ ਤੁਹਾਨੂੰ? ਉਹਦਾ ਬਹੁਤ ਜ਼ਿਆਦਾ ਫਾਇਦਾ ਜੀ, ਦੇਖੋ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਠੰਡ ਸੀਗੀ ਸਰ, ਜਿਵੇਂ ਮੇਰੀ ਇਮਿਊਨਿਟੀ ਪਾਵਰ ਘੱਟ ਸੀ ਜੀ, ਮੇਰੇ ਤੋਂ ਠੰਡ ਨਹੀਂ ਬਰਦਾਸ਼ਤ ਹੁੰਦੀ ਜੇ ਮੈਟ ਨਾ ਹੁੰਦਾ, ਮੈਂ ਇਹਨਾਂ ਨੂੰ ਕਹਿੰਦੀ ਗੱਡੀ ਚੜ ਜਾਣਾ ਸੀ। ਇਹ ਹੁਣ ਵੀ ਕਹਿੰਦੇ ਰਹੇ ਸਰ ਜੀ, ਮੈਟ ਕਹਿੰਦੇ ਮੈਟ ਨਾ ਹੁੰਦੀ, ਕਹਿੰਦੀ ਮੈਟ ਨਹੀਂ ਬਚਦਾ। ਕਾਫੀ ਲੋਕ ਬੋਲ ਦਿੱਤੇ ਹੈ ਕਿ ਬਈ ਉੱਥੇ ਤਾਂ ਉਹਨਾਂ ਦਾ ਮਸ਼ੀਨ ਵੇਚਣ ਦਾ ਕੰਮ ਹੈ, ਸਭ ਕੁਝ ਹੈ, ਤਾਂ ਆਪਨੇ ਉਸ ਟਾਈਮ ਖਰੀਦਾ, ਤਾਂ ਆਪਕੋ ਕੋਈ ਜ਼ਬਰਦਸਤੀ ਕੁਝ ਨਹੀਂ ਸਰ? ਸਾਨੂੰ ਆਪਨੇ ਕੋਈ ਜ਼ਬਰਦਸਤੀ ਨਹੀਂ ਕੀਤੀ, ਹੁਣ ਮੈਂ ਮਸ਼ੀਨ ਬੁੱਕ ਕਰਾਈ ਹੈ, ਕੋਈ ਕਿਸੇ ਵੱਲੋਂ ਜ਼ਬਰਦਸਤੀ ਨਹੀਂ ਜੀ, ਮੈਨੂੰ ਘਰੇਲੂ ਲੋੜ ਹੈ ਜੀ, ਪਰਿਵਾਰਕ ਲੋੜ ਹੈ ਜੀ, ਮੈਂ ਤਾਂ ਕਹਿੰਦਾ ਹਰ ਇੱਕ ਪਰਿਵਾਰ ਦੀ ਲੋੜ ਹੈ ਜੀ ਮਸ਼ੀਨ। ਮੈਂ ਤਾਂ ਸਾਰਿਆਂ ਨੂੰ ਰਿਕੁਐਸਟ ਕਰੂੰ ਵੀ ਡਾਕਟਰਾਂ ਕੋਲ ਜਾਣ ਦੀ ਬਜਾਏ, ਡਾਕਟਰਾਂ ਕੋਲ ਲੁੱਟਣ ਦੀ ਬਜਾਏ, ਇੱਕ ਇੱਕ ਮਸ਼ੀਨ ਲਿਜਾਏ, ਘਰ ਰੱਖੋ, ਸਾਰਾ ਪਰਿਵਾਰ ਥੈਰੇਪੀ ਲਓ, ਨੌ ਬਰ ਨੌ ਡਾਕਟਰਾਂ ਕੋਲ ਜਾਣ ਦਾ ਲੋੜ ਹੀ ਨਹੀਂ ਜੀ। ਹੁਣ ਹੋਰ ਸਰ ਜੀ, ਬੱਚਿਆਂ ਨੂੰ ਵੀ ਟਾਈਮ ਨਹੀਂ ਹੈਗਾ ਜੀ, ਬੱਚੇ ਸਟੱਡੀ ਕਰ ਰਹੇ ਨੇ ਆਪਣੀ, ਉਹਨਾਂ ਦਾ ਵੀ ਬਿਲਕੁਲ ਟਾਈਮ ਨਹੀਂ ਹੈਗਾ ਜੀ। ਮੇਰੀ ਬੇਟੀ ਨੂੰ ਪਰਸਨਲ ਸਮੱਸਿਆ ਸੀਗੀ, ਪ੍ਰੋਬਲਮ ਜੀ, ਤੇ ਉਹਨੇ ਤਾਂ ਠੰਡ ਦੇ ਮਾਰ ਬੈਠਣਾ, ਮੈਟ ਤੇ ਵੀ ਠੰਡ ਲੱਗ ਰਹੀ ਹੈ ਜੀ, ਉਹਨੂੰ ਤਾਂ ਆਪਣੀ ਸਮੱਸਿਆ ਜਾਣ ਕੇ ਤਾਂ ਨਹੀਂ ਬੈਠੀ ਜੀ, ਨਹੀਂ ਜੀ, ਪਰ ਉਹਦੀ ਬਹੁਤ ਜ਼ਿਆਦਾ ਜਿਹੜੀ ਸਮੱਸਿਆ ਸੀ ਉਹ ਸੋਲਵ ਹੋਈ ਹੈ ਜੀ। ਅੱਛਾ, ਮੈਟ ਦੇ ਨਾਲ ਜੀ, ਉਹਨੇ ਪੜਨਾ ਮੈਟ ਤੇ ਬੈਠਣਾ, ਵਿਸ਼ਵਾਸ ਬਣਿਆ ਕਿ ਬਾਈ ਮਸ਼ੀਨ ਦੇਖਿਆ ਜਾਏ ਤਾਂ ਇੱਕ ਹਿਸਾਬ ਤੇ ਲੱਖਾਂ ਦੀ ਮਸ਼ੀਨ ਹੈ ਨਾ, ਫਿਰ ਐ ਸੋਚਦੇ ਬਹੁਤ ਪੈਦਾ, ਲੋਕੀ ਕਹਿ ਦਿੰਦੇ ਆ ਕਿ ਬਾਈ ਕਿਉਂ ਪੈਸੇ ਲਗਾ ਰਹੇ ਨੇ, ਪੈਸੇ ਕਿਉਂ ਲਗਾ ਰਹੇ? ਬੇਟੀ ਨੂੰ ਮੈਂ ਬਹੁਤ ਦਵਾਈਆਂ ਖਵਾਤੀਆਂ ਸੀ, ਤੁਹਾਨੂੰ ਵੀ ਤਾਂ ਰੋਕਿਆ ਹੋਗਾ? ਹਾਂਜੀ ਸਰ, ਹਾਂਜੀ ਰੋਕਿਆ ਨੂੰ ਤਾਂ ਅਸੀਂ ਕਿਸੇ ਦੀ ਸੁਣਨੀ ਹੈ, ਸਾਨੂੰ ਪਤਾ ਵੀ ਜ਼ਰੂਰ ਰੁਕਾਈ ਜੀ, ਸਾਹਮਣੇ ਗਵਾਂਢੀ ਨੇ ਜੀ ਸਾਡੇ, ਮੈਨੂੰ ਪੀਜੀਆਈ ਡਾਕਟਰ ਤੋਂ ਚੰਡੀਗੜ੍ਹ ਤੋਂ ਉਹਨਾਂ ਨੇ ਐਡਰੈਸ ਦਿੱਤਾ ਉਹਦਾ, ਕਹਿੰਦੇ ਤੁਸੀਂ ਵੀ ਤੁਰ ਨਹੀਂ ਸਕਦੇ, ਵੀ ਆਹ ਐਡਰੈਸ ਲਓ, ਜੇ ਤੁਹਾਨੂੰ ਆਪਰੇਸ਼ਨ ਦੀ ਲੋੜ ਹੋਈ ਤੁਹਾਡਾ ਆਪਰੇਸ਼ਨ ਕਰ ਦੇਣਗੇ, ਟ੍ਰੀਟਮੈਂਟ ਜੇ ਦਵਾਈ ਦਾ ਹੋਇਆ ਤਾਂ ਮੈਡੀਸਨ ਦੇ ਦੇਣਗੇ ਤੁਹਾਨੂੰ। ਮੈਨੂੰ ਜਦੋਂ ਆਪਰੇਸ਼ਨ ਦਾ ਨੌਲੇਜ ਸਰ, ਮੈਨੂੰ ਗੁੱਸਾ ਚੜ੍ਹ ਸਬਤ ਆਇਆ ਜੀ, ਮੈਂ ਕਹਿ ਰਿਹਾ ਕਿ ਇਹਨਾਂ ਨੂੰ, ਮੈਂ ਕਿਹਾ ਦੇਖੋ ਵੀ ਮੈਨੂੰ ਐਡਰੈਸ ਦਿੱਤਾ ਭਾਜੀ ਨੇ, ਵੀ ਮੈਂ ਕਿਹਾ ਵੀ ਇਹੀ ਜਿਹੀ ਗੱਲਾਂ ਕਿਉਂ ਕਰਦੇ ਨੇ ਵੀ ਆਪਰੇਸ਼ਨ ਕਰਾਉਣਾ, ਜਦੋਂ ਆਪਾਂ ਨੂੰ ਪਤਾ ਸੀ ਸਾਰਾ ਜਿਮ ਜਾਂਦੇ ਆ ਨਾ ਵੀ ਆਪਰੇਸ਼ਨ ਕੀ ਕਰੇਗਾ ਸਰ, ਮੈਂ ਕਿਹਾ ਕਿਉਂ ਅਸੀਂ ਆਪਦੇ ਰੀੜ੍ਹ ਦੀ ਹੱਡੀ ਦਾ ਨਾਸ ਮਰਵਾਈ, ਮੈਂ ਕਹਿ ਰਿਹਾ ਕਿ ਪਰਚੀ ਪਾੜਤੀ। ਅੱਛਾ, ਹਾਂਜੀ, ਜਦੋਂ ਮੇਰਾ ਇਲਾਜ ਇੱਥੇ ਹੋ ਰਿਹਾ, ਗੁੜੀਆ ਨੂੰ ਵੀ ਇਲਾਜ ਕਰਵਾਇਆ ਆਪਣੇ, ਉਸਕਾ ਵੀ ਬਹੁਤ ਮੈਡੀਸਨ ਖਵਾਈ ਜੀ ਉਹਨੂੰ, ਮੈਂ ਆਯੁਰਵੈਦਿਕ ਵੀ, ਦੂਜੀ ਵੀ, ਹੋਮੋਪੈਥਿਕ ਦੀ ਵੀ, ਮਤਲਬ ਸਾਰੀ। ਕਿੰਨੀ ਪੁਰਾਣੀ ਦਿੱਕਤ ਸੀ ਉਹਨੂੰ? ਹੋ ਗਏ ਸੀਗੇ ਜੀ 8-9 ਸਾਲ, ਉਹ ਪਤਾ ਕੀ ਸਰ, ਹਾਂਜੀ ਸਰ, ਛੋਟੀ ਸੀ ਜਦੋਂ ਜੀ ਉਹ ਕਿਤੇ, ਬਸ ਉਹਨੂੰ ਥੋੜੀ ਜਿਹੀ ਉਹਦੀ ਸਰੀਰ ਨਾ ਗੁੰਦਵਾ ਗੁੰਦਵਾ ਜਿਹਾ ਸੀਗਾ, ਸੋਹਣੀ ਸੀ ਗੋਲ ਗੋਲ ਜੀ, ਉਹ ਇੱਥੋਂ ਗਲਾ ਜਾ ਵੀ ਉਹਦਾ ਫਲਾਵਟ ਜੀ ਚ ਆਉਣ ਲੱਗ ਗਿਆ, ਅਸੀਂ ਡਾਕਟਰ ਨੂੰ ਦਿਖਾਇਆ, ਡਾਕਟਰ ਕਹਿੰਦੇ ਇਹਨੂੰ ਤਾਂ ਥਾਇਰਾਇਡ ਹੋ ਗਈ ਬੱਚੇ ਨੂੰ, ਕਹਿੰਦੇ
ਕਿਸੇ ਦੀ ਜਿਹੜੀ ਮੋਟੇ ਹੋਣ ਵਾਲੀ ਥੈਡ ਸੀਗੀ ਇਸ ਤਰ੍ਹਾਂ ਦਾ ਸਰੀਰ ਹੋ ਗਿਆ ਜੀ। ਪਰ ਉਹਨੂੰ ਫਿਰ ਉਸ ਤੋਂ ਬਾਅਦ ਥੋੜੀ ਜਿਹੀ ਪ੍ਰੋਬਲਮ ਦੂਜੀ ਆ ਗਈ, ਦਵਾਈਆਂ ਨੇ ਸਾਈਡ ਇਫੈਕਟ ਤਾਂ ਦੇਣਾ ਹੀ ਆ ਜੀ, ਕੋਰੀਆ ਦੀ ਪ੍ਰੋਬਲਮ ਆ ਗਈ। ਉਹ ਦਵਾਈਆਂ ਬਹੁਤ ਖਵਾਈਆਂ ਸਰ, ਉਹਨੂੰ ਕਿਤੇ ਹੱਲ ਨੀ ਹੋਇਆ ਜੀ। ਮੈਂ ਤਾਂ ਬਿਲਕੁਲ ਜਿਵੇਂ ਮੰਨ ਲਓ ਤੁਸੀਂ ਹੁਣ ਮਸ਼ੀਨ ਦੀ ਵੀ ਬੁਕਿੰਗ ਕਰਾਈ। ਹਾਂਜੀ ਸਰ। ਚਲੋ ਮਤਲਬ ਘਰ ਪਹਿਲੇ ਜਾਣ ਦੀ, ਹਾਂਜੀ ਬੱਚਿਆਂ ਨੂੰ ਵੀ ਫਾਇਦਾ ਜੀ, ਕੋਈ ਬੱਚੇ ਇੱਥੇ ਆਣ। ਅਸੀਂ ਤਾਂ ਦੇਖੋ ਇਹਨਾਂ ਦਾ ਫਾਇਦਾ ਹੈਗਾ ਹੀ ਹੈਗਾ ਜੀ, ਖੁਦ ਅਸੀਂ ਸਾਰਾ ਪਰਿਵਾਰ ਯੂਜ ਕਰਾਂਗੇ ਜੀ। ਬੱਚੇ ਵੇਲੇ ਆ ਨਹੀਂ ਸਕਦੇ, ਬੱਚੇ ਸਟੱਡੀ ਕਰਦੇ ਨੇ, ਰਾਤ ਨੂੰ ਉਹ ਆਪਣਾ ਵਰਤ ਲੈਣਗੇ। ਕੁਛ ਲੋਕੀ ਕਹਿੰਦੇ ਆ ਤਾਂ ਅਮੀਰ ਹੀ ਖਰੀਦਦੇ ਆ, ਜਿਹਦੇ ਕੋਲ ਪੈਸਾ ਹੁੰਦਾ ਉਹ ਹੀ ਖਰੀਦਦੇ। ਤੁਹਾਡੇ ਤੋਂ ਮੈਨੂੰ ਤਾਂ ਪਤਾ ਹੈ, ਚਲੋ ਜਿਵੇਂ ਤੁਸੀਂ ਪਰਚੇਸ ਕੀਤੀ। ਮੈਂ ਇਹ ਗੱਲ ਕਹਿੰਦਾ ਜੀ ਅਮੀਰ ਜਦੋਂ ਕੋਈ, ਫਰਜ਼ ਕਰੋ ਆਪਾਂ ਗਰੀਬ ਦੀ ਗੱਲ ਕਰਦੇ ਹਾਂ ਵੀ ਅਮੀਰ ਹੀ ਪਰਚੇਸ ਕਰਦਾ, ਜਦੋਂ ਗਰੀਬ ਕਿਸੇ ਬਿਮਾਰੀ ਦਾ ਇਲਾਜ ਕਰਵਾਊ ਜੀ, ਓਪਰੇਸ਼ਨ ਕਰਵਾਊ, ਉਹ ਵੀ ਡਾਕਟਰ ਕੋਲ ਪੈਸਾ ਤਾਂ ਦਊਗਾ ਜੀ। ਡਾਕਟਰ ਕੋਈ ਮਾਮੇ ਦਾ ਪੁੱਤ ਤਾਂ ਹੈ ਨੀ ਜਿਹੜਾ ਫ੍ਰੀ ਚ ਕਰ ਦੂ ਜੀ, ਉਹ ਵੀ ਕਿਤੋਂ ਪੈਸੇ ਦਾ ਹੱਲ ਕਰਕੇ ਓਪਰੇਸ਼ਨ ਕਰਵਾਊ ਜੀ। ਜੇ ਉਹੀ ਉਸੇ ਤਰ੍ਹਾਂ ਪੈਸੇ ਦੇ ਥੋੜੇ ਸੰਕੋਚ ਕਰਕੇ ਮਸ਼ੀਨ ਖਰੀਦੀ ਜਾ ਸਕਦੀ, ਵੱਡੀ ਗੱਲ ਨੀ ਜੀ। ਚਲੋ ਹੁਣ ਅਸੀਂ ਵੀ ਆਪਣਾ ਸੰਕੋਚ ਕਰਕੇ ਕਰ ਰਹੇ, ਪੈਸਾ ਕਿਸੇ ਦੇ ਘਰ ਨੀ ਹੁੰਦਾ ਜੀ, ਪਰ ਆਪਾਂ ਨੂੰ ਵਿਧ ਬਣਾਉਣੀ ਪੈਂਦੀ ਵੀ ਇਹ ਚੀਜ਼ ਘਰ ਲੈ ਕੇ ਆਉਣੀ। ਆਪਾਂ ਕਹਿੰਦੇ ਘਰ ਆਪਾਂ ਕਾਰ ਲਿਆਉਣੀ ਆ, ਕਾਰ ਵੀ ਤਾਂ ਲੈ ਕੇ ਆਉਂਦੇ, ਸੋਚ ਬਣਾਈ ਆ। ਉਸੇ ਤਰ੍ਹਾਂ ਆਪਾਂ ਨੂੰ ਸੋਚ ਬਣਾਉਣੀ ਪਊ ਜੀ ਵੀ ਅਸੀਂ ਮਸ਼ੀਨ ਲੈਣੀ ਹੈ ਤਾਂ ਲੈਣੀ ਪਊ। ਉਰੇ ਮੈਂ ਸੰਗਤ ਦੇ ਵਿੱਚ ਵਾਅਦਾ ਕੀਤਾ ਸੀ ਸੈਰਾ ਜਿਮ ਦੇ ਵਿੱਚ ਵੀ ਮਸ਼ੀਨ ਲੈ ਕੇ ਜਾਣੀ ਆ, ਕਿ ਉਹ ਸੰਗਤ ਦੇ ਵਿੱਚ ਵਾਅਦਾ ਕਰਿਆ, ਜਿਹੜਾ ਬੰਦਾ ਮੁੱਕਰ ਜੇ ਜੀ ਉਹ ਬੰਦਾ ਖਤਮ ਹੈ। ਸਾਡਾ ਵਾਅਦਾ ਕੀਤਾ ਹੋਇਆ ਸੀ, ਪਰਮਾਤਮਾ ਨੇ ਸਾਨੂੰ ਟਾਈਮ ਦਿੱਤਾ ਤਾਂ ਅਸੀਂ ਮਸ਼ੀਨ ਹੁਣ ਬੁੱਕ ਕਰਵਾਈ ਆ ਲੈਣੀ। ਸਰ ਸਾਨੂੰ ਫਾਇਦਾ ਹੋਇਆ, ਅਸੀਂ ਤਾਂ ਲੈ ਰਹੇ ਹਾਂ ਜੀ। ਜੇ ਹੁਣ ਚੀਜ਼ ਦਾ ਫਾਇਦਾ ਨਹੀਂ ਹੋਊਗਾ, ਫਜ਼ੂਲ ਪੈਸਾ ਕੌਣ ਲਾਊਗਾ ਜੀ ਇੰਨਾ ਪੈਸਾ। ਆਪਾਂ ਨੂੰ ਫਾਇਦਾ ਹੋ ਰਿਹਾ ਜੀ, ਸਰੀਰ ਤੰਦਰੁਸਤ ਰਹੂਗਾ ਤਾਂ ਹੀ ਕੰਮ ਕਰਾਂਗੇ। ਅਸੀਂ ਕੀ ਸੋਚਿਆ ਜੀ ਵੀ ਮਸ਼ੀਨ ਘਰ ਰਹੂ ਜੀ, ਅੱਗੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਬਿਮਾਰੀ ਤੋਂ ਬਚਣਗੀਆਂ। ਅੱਛਾ, ਜਿਵੇਂ ਅਸੀਂ ਵੀਡੀਓ ਬਣਾ ਰਹੇ ਹਾਂ ਤਾਂ ਇਹ ਅਸੀਂ ਫੇਸਬੁੱਕ ਤੇ ਜਾਂ ਯੂਟਿਊਬ ਤੇ ਪਾ ਸਕਦੇ ਹਾਂ? ਜਿੱਥੇ ਮਰਜ਼ੀ ਪਾਓ ਸਰ ਜੀ, ਖੁੱਲੀ ਛੁੱਟੀ ਹੈ। ਕੋਈ ਸਾਡੀ ਸੁਣ ਕੇ ਜੀ ਕਿਤੇ ਹੋਰ ਦਾ ਸਮੱਸਿਆ ਹੱਲ ਹੋ ਜੇ ਸਹਿਰਾ ਜਿਵੇਂ ਚ ਆ ਕੇ, ਤਾਂ ਅਸੀਂ ਕਹਿੰਦੇ ਬਹੁਤ ਕਰਮ ਵਾਲੇ ਹੋਣਗੇ ਉਹ ਵੀ ਜੀ। ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਅਸੀਂ ਤਾਂ ਸਾਰਿਆਂ ਨੇ ਕਹਿਣਾ ਵੀ ਸਾਰਿਆਂ ਨੇ ਸਹਿਰਾ ਜਿਮ ਆ ਕੇ ਆਪਣਾ ਟ੍ਰੀਟਮੈਂਟ ਕਰਵਾ ਲੈਣਾ ਚਾਹੀਦਾ, ਥੈਰੇਪੀ ਲੈਣੀ ਚਾਹੀਦੀ, ਜ਼ਰੂਰੀ ਹੈ ਜੀ ਥੈਰੇਪੀ ਲੈਣੀ। ਕਾਫੀ ਲੋਕੀ ਐਸੇ ਆ ਜੀ, ਮਤਲਬ ਕੁਛ ਇਹ ਸੋਚਦੇ ਆ ਕਿ ਕੁਛ ਹੋ ਜੂਗਾ, ਨੁਕਸਾਨ ਹੋ ਜੂਗਾ, ਇਹ ਹੈ, ਮਤਲਬ ਕਾਫੀ ਦੂਜੀ ਚੀਜ਼ਾਂ ਇਸਤੇਮਾਲ ਕਰਕੇ, ਥੈਰੇਪੀ ਦੂਸਰੀ ਚੀਜ਼ਾਂ ਹੈ ਉਹ ਇਸਤੇਮਾਲ ਕਰਕੇ, ਫਿਰ ਉਹ ਸੋਚਦੇ ਆ ਕਿ ਸਹਿਰਾ ਜਿਮ ਵੀ ਜਾ ਕੇ ਵਹਾਂ ਪੇ ਵੀ ਕੋਈ ਦਿੱਕਤ ਨਾ ਹੋਵੇ, ਤੋ ਕਿਆ ਕਿਆ ਕਹਿਣਾ ਚਾਹੋਗੇ ਤੁਸੀਂ? ਨਹੀਂ ਸਾਨੂੰ ਤਾਂ ਸਾਡਾ ਤਾਂ ਫਾਇਦਾ ਹੀ ਹੋਇਆ, ਨੁਕਸਾਨ ਦੀ ਤਾਂ ਅਸੀਂ ਗਰੰਟੀ ਦੇ ਦਿੰਦੇ, ਸਾਡਾ ਤਾਂ ਕੋਈ ਨੁਕਸਾਨ ਹੋਇਆ ਨਹੀਂ ਜੀ, ਨਾ ਕਿਸੇ ਦਾ ਹੋਣਾ ਜੀ। ਜਦੋਂ ਕੋਈ ਵੀ ਚੀਜ਼ ਆ ਜਦੋਂ ਤਾਂ ਇਸਤੇਮਾਲ ਕਰਾਂਗੇ, ਰਿਜ਼ਲਟ ਤਾਂ ਫੇਰ ਹੀ ਮਿਲੂ ਜੀ। ਜੇ ਘਰ ਬੈਠ ਕੇ ਕਹਾਂਗੇ ਪਾਣੀ ਦਾ ਗਲਾਸ ਮੇਰੇ ਮੂੰਹ 'ਚ ਪੈ ਜੇ, ਪਾਣੀ ਇਸ ਤਰ੍ਹਾਂ ਦਾ ਪੈਣਾ ਨਹੀਂ ਜੀ। ਜੇ ਉਹਨੂੰ ਚੱਕ ਕੇ ਪੀਵਾਂਗੇ ਪਿਆਸ ਤਾਂ ਬੁਝੂ ਜੀ। ਜੇ ਮਸ਼ੀਨ ਵਰਤਾਂਗੇ ਦੀ ਥੈਰੇਪੀ ਲਵਾਂਗੇ, ਸਰੀਰ ਦਾ ਇਲਾਜ ਵੀ ਤਾਂ ਹੋਣਾ ਜੀ, ਨਾ ਕਿ ਬਾਹਰ ਖੜ ਕੇ ਕਹਿ ਦੇਣਾ ਮੇਰਾ ਇਲਾਜ ਹੋ ਜਾਏ ਜੀ, ਉਸ ਤਰ੍ਹਾਂ ਇਲਾਜ ਨਹੀਂ ਹੋਣਾ। ਉਹਨੂੰ ਯੂਜ ਕਰਾਂਗੇ ਜੇ, ਉਹਨੂੰ ਵਰਤਾਂਗੇ ਤਾਂ ਇਲਾਜ ਹੋਣਾ, ਅਦਰਵਾਈਜ਼ ਕੋਈ ਇਲਾਜ ਨਹੀਂ ਹੋਣਾ।
ਸਰ ਮੇਰਾ ਖੂਨ 8 ਗ੍ਰਾਮ ਰਹਿੰਦਾ ਸੀਗਾ ਜੀ ਜਦੋਂ ਮੈਂ ਪਹਿਲਾਂ ਥੈਰੇਪੀ ਸ਼ੁਰੂ ਕੀਤੀ ਹੈ ਜੀ। ਅੱਛਾ ਇੱਥੇ ਆਉਣ ਤੋਂ ਪਹਿਲੇ? ਹਾਂਜੀ, ਦਵਾਈਆਂ ਨਾਲ ਵੀ ਮੇਰਾ ਖੂਨ ਪੂਰਾ ਨਹੀਂ ਹੁੰਦਾ ਸੀਗਾ ਜੀ, ਥੈਰੇਪੀ ਲੈਣ ਤੋਂ ਬਾਅਦ ਜਦੋਂ ਅਸੀਂ ਰੈਸਟ ਕਰਿਆ ਮੇਰਾ 11.5 ਗ੍ਰਾਮ ਖੂਨ ਹੋਇਆ। ਤਾਲੀਆਂ ਵਜਾਓ ਜੀ। ਵੈਰੀ ਗੁੱਡ। ਅੱਛਾ, ਔਰ ਜਿਵੇਂ ਤੁਸੀਂ ਕਾਫੀ ਲੋਕੀ ਤਾਂ ਐਵੇਂ ਕਹਿੰਦੇ ਖੂਨ ਚੂਸ ਲੈਂਦੀ ਮਤਲਬ ਕਾਫੀ ਤੁਸੀਂ ਠੀਕ ਹੋ ਗਈ ਹੈ ਨਾ, ਜੋ ਜੋ ਮੁਸੀਬਤ ਵਾਲੇ ਦਿਨ ਸੀ ਇਹ ਉਸ ਟਾਈਮ ਸੋਚਣ ਲੱਗ ਗਈ ਸੀ ਜੀ ਮੈਂ ਬੱਚਿਆਂ ਨੂੰ ਕਦੇ ਰੋਟੀ ਮੰਗ ਕੇ ਖਵਾ ਦੂ ਜੀ। ਝਾੜੂ ਪੋਚਾ ਸਾਰੇ ਕੱਪੜੇ ਧੋਣੇ ਜੀ, ਰੋਟੀਆਂ ਬਣਾਉਣੀਆਂ, ਸਾਰਾ ਕੁਛ ਸਾਰਾ ਕੰਮ ਕਰਨ ਲੱਗ ਗਈ ਸੀ। ਸਰ ਜੀ ਮੈਨੂੰ ਪਸੀਨਾ ਨੀ ਆਉਂਦਾ ਸੀ ਬਿਲਕੁਲ ਵੀ ਜੀ, ਜਿਹੜੇ ਡਾਕਟਰ ਤੋਂ ਮੇਰਾ ਟ੍ਰੀਟਮੈਂਟ ਚੱਲਦਾ ਸੀਗਾ ਉਹ, ਹੁਣ ਤੁਸੀਂ ਦੇਖੋ ਮਈ ਜੂਨ ਦੇ ਮਹੀਨੇ ਆਪਾਂ ਏਸੀ ਲਗਾਉਂਦੇ ਹਾਂ ਜੀ, ਪੱਖਿਆਂ ਥੱਲੇ ਬਹਿੰਦੇ, ਕਿੰਨੀ ਕਿੰਨਾ ਕਿੰਨੀ ਗਰਮੀ ਹੁੰਦੀ, ਮੈਨੂੰ ਪਸੀਨਾ ਨੀ ਆਉਂਦਾ ਸੀ। ਡਾਕਟਰ ਕਹਿੰਦੇ ਵੀ ਤੁਸੀਂ ਸਵੈਟਰ ਪਾ ਕੇ ਕੰਬਲ ਭੇਟ ਕੇ ਮੋਟਾ ਕੰਬਲ ਜੀ, ਮੈਂ ਉਹ ਤਿੰਨ ਤਾਂਤੇ ਹੰਡਾਏ ਨੇ ਜੀ ਗਰਮੀਆਂ ਦੇ ਟਾਈਮ, ਗਰਮੀਆਂ ਦੇ ਟਾਈਮ ਮਈ ਜੂਨ ਚ ਜੀ, ਫਿਰ ਵੀ ਪਸੀਨਾ ਨਹੀਂ ਆਉਂਦਾ ਸੀ ਮਈ ਜੂਨ ਚ ਜੀ। ਸਵਾਟਰ ਪਾ ਕੇ ਹੁਣ ਹੁਣ ਬਿਲਕੁਲ ਮੈਨੂੰ ਆਉਂਦਾ ਜੀ ਪਸੀਨਾ, ਨਹੀਂ ਆਉਂਦਾ ਜੀ ਦੇਸੀ ਥੱਲੇ ਬੈਠੇ ਤੁਹਾਨੂੰ ਤਾਂ ਫਾਇਦੇ 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 ਕਰ ਬਿਲਕੁਲ ਜੀ। ਤੁਸੀਂ ਮਈ ਜੂਨ ਦੇ ਵਿੱਚ ਆਪਾਂ ਸਵਾਟਰ ਪਾ ਕੇ ਮੋਟਾ ਕੰਬਲ ਜਿਹੜਾ ਆਪਾਂ ਸਰਦੀਆਂ ਚ ਲੈਨੇ ਆ ਜੀ, ਬੈੱਡ ਡਬਲ ਬੈੱਡ ਵਾਲਾ ਕੰਬਲ, ਉਹ ਲੈ ਕੇ ਆਪਾਂ ਕਹਿੰਦਾ 1 ਮਿੰਟ ਬੈਠ ਨਹੀਂ ਸਕਦੇ, ਇਹ 2-2 ਘੰਟੇ ਬਹਿੰਦੇ ਬੈਠੀ ਰਹਿੰਦੇ, ਫੇਰ ਵੀ ਪਸੀਨਾ ਨਹੀਂ ਆਉਂਦਾ ਸੀ ਜੀ। ਉਹ ਵੀਡੀਓ ਬਣਾਈਆਂ ਨੇ ਅਸੀਂ ਭੁੱਲ ਚੁੱਕੇ ਸੀ, ਪਰ ਵੈਗਰੂ ਟਾਈਮ ਨਾਲ ਲਿਆਵੇ ਕਰੇ ਉਹ ਸਾਰਾ ਕੁਝ ਦੇਖਿਆ ਸੀ ਨਾ, ਬਣਾਈ ਨਹੀਂ ਵੀਡੀਓ, ਕਿੱਥੇ ਸੁੱਜਦੀਆਂ ਸੀ ਉਹ ਤਾਂ ਮੇਰੇ ਦੀ ਬਿਮਾਰੀ ਨੂੰ ਟੈਨਸ਼ਨ ਨਹੀਂ ਬਣੀ ਹੋਈ ਸੀ। ਚਲੋ ਅੱਛਾ, ਇਹਨਾਂ ਦੇ ਇਲਾਜ ਲਈ ਜਿਹੜਾ ਮੈਂ ਆਪਣਾ ਕੰਮ ਛੱਡਦਾ ਸੀ, ਮੇਰਾ ਪ੍ਰਾਪਰਟੀ ਦਾ ਕੰਮ ਹੈ, ਜਿਹੜੇ ਗਾਹਕ ਅਟੈਂਡ ਕਰਨੇ ਸੀ ਉਹ ਵੀ ਮੈਂ ਬਹੁਤ ਜ਼ਿਆਦਾ ਘਟਾ ਚੁੱਕਿਆ ਸੀ ਕਿਉਂਕਿ ਮੰਮੀ ਦੇ ਪਿੱਛੇ ਧਿਆਨ ਇੱਧਰ ਦੇਣਾ ਪੈਣਾ ਸੀ, ਪਰ ਹੁਣ ਜਿੱਦਾਂ ਦੇ ਸਾਰਾ ਜੀ ਮਾਨ ਲੱਗਿਆ ਮੈਂ ਗਾਹਕ ਵੱਧ ਅਟੈਂਡ ਕਰ ਰਹੇ, ਇਹਨਾਂ ਨੂੰ ਘੱਟ ਅਟੈਂਡ ਕਰ ਰਹੇ, ਠੀਕ ਹੋ ਗਏ ਜੀ। ਕਈ ਵਾਰ ਹੁਣ ਮੈਨੂੰ ਰਾਤ ਨੂੰ 8:30-9 ਵਜੇ ਨੇ ਫੋਨ ਕਰ, ਸਰਦਾਰ ਜੀ ਕਿੱਥੇ ਹੋ, ਮੈਂ ਕਹਿੰਦਾ ਮੈਂ ਉਰੀ ਆ ਗਿਆ, ਰੋਟੀ ਵੀ ਨਹੀਂ ਟਾਈਮ ਤੇ ਖਾਂਦੇ ਜੀ, ਫੋਨ ਕਰਨਾ ਪੈਂਦਾ ਨਾ ਜੀ ਬਿਲਕੁਲ। ਚਲੋ ਆਪਣਾ ਕੰਮ ਵੀ ਥੋੜਾ ਬੜ ਜਾਗਾ, ਨਹੀਂ ਤਾਂ ਪਹਿਲਾਂ ਬਿਮਾਰੀ ਵੀ ਪੈਸਾ ਲੱਗ ਰਿਹਾ ਤਾਂ ਬੰਦੇ ਦਾ ਕੰਮ ਵੀ ਛੁੱਟਿਆ ਹੋਇਆ ਸੀ ਹਨਾ, ਪਾਪਾ ਬਸ ਔਖਾ ਹੀ ਸੀ। ਹੁਣ ਮੇਰੇ ਕੋਲੇ ਤਾਂ ਟੈਨਸ਼ਨ ਫ੍ਰੀ ਨਹੀਂ, ਹੁਣ ਐ ਲਾ ਲਓ ਜੀ ਮੈਂ ਬਾਹਰ ਜਾਂਦਾ ਸੀ ਹਰ ਅੱਧੇ ਤੋਂ ਪੌਣੇ ਘੰਟੇ ਦੇ ਵਿੱਚ ਮੈਂ ਘਰ ਗੇੜਾ ਮਾਰਦਾ ਸੀ, ਮੈਂ ਜਾ ਕੇ ਪਹਿਲਾਂ ਇਹਨਾਂ ਨੂੰ ਦੇਖਾਂ, ਇਹਨੂੰ ਚਾਹ ਪਾਣੀ, ਜਦ ਕਿ ਮੇਰੀ ਬੇਟੀ ਬੱਚੇ ਪਰਮਾਤਮਾ ਤੋਂ, ਮੈਂ ਇਹ ਕਹਿ ਰਿਹਾ ਪਰਮਾਤਮਾ ਜਿਸ ਤਰ੍ਹਾਂ ਦਾ ਪਰਿਵਾਰ ਸਾਨੂੰ ਮਿਲਿਆ, ਬੱਚੇ ਸਾਨੂੰ ਜਾਇਜ਼ ਮਿਲੇ ਨੇ, ਪਰਮਾਤਮਾ ਘਰ ਘਰ ਦੇਵੇ, ਬੱਚੇ ਏਡੇ ਹੱਦੋਂ ਵੱਧ ਕੇਅਰ ਕਰਦੇ ਸੀ, ਉਨੀ ਕੇਅਰ ਸ਼ਾਇਦ ਮੈਂ ਨਹੀਂ ਕਰ ਸਕਦਾ ਸੀ। ਤਿੰਨੇ ਬੱਚੇ ਪਰਮਾਤਮਾ ਦੇ, 2 ਬੇਟੀਆਂ 1 ਬੇਟਾ ਜੀ, ਤਿੰਨੇ ਬੱਚੇ ਦੀ ਪੂਰੀ ਕੇਅਰ ਕਰਦੇ ਨੇ, ਅੱਜ ਵੀ ਜੇ ਇਹ ਚੂੰ ਕਰਦੇ ਨੇ ਬੇਟਾ ਭੱਜ ਜਾਂਦਾ ਨਾਲ ਦੀ ਨਾਲ, ਬੇਟਾ ਤੇ ਬੇਟੀ ਭੱਜੇ ਜਾਂਦੇ ਨੇ, ਕੱਲ ਕਿਸੇ ਨੇ ਦੇਖੀ ਨਹੀਂ ਜੀ ਅੱਜ ਦੀ ਘੜੀ ਦੇ ਪਰਿਵਾਰ ਬਹੁਤ ਬੜੀਆ। ਚਲੋ ਥੈਂਕ ਯੂ ਪਾਪਾ, ਬਸ ਆਪਣਾ ਥੈਂਕ ਯੂ ਤੁਹਾਡਾ ਸਰ ਜੀ, ਭਗਵਾਨ ਜਿਹੜਾ ਸਾਰਾ ਜੀਵਨ ਸਾਨੂੰ ਨੌ ਜੋੜੀ ਜੋ ਹੈ ਬਣੀ ਰਹੇ, ਥੈਂਕ ਯੂ ਥੈਂਕ ਯੂ, ਅਸੀਂ ਕਹਿੰਦੇ ਆ ਵੈਗੁਰੂ ਸਾਹਿਬ ਤੇ ਮਿਹਰ ਭਰੇ ਹੱਥ ਰੱਖੇ, ਹਰ ਇੱਕ ਦੀ ਬਿਮਾਰੀ ਟੁੱਟੇ, ਹਰ ਇੱਕ ਤੰਦਰੁਸਤ ਰਹੇ ਜੀ, ਸਾਰਾ ਜੀਵਨ ਚ ਆ ਕੇ ਹਰ ਇੱਕ ਥੈਰੇਪੀ ਲੈ ਕੇ ਹਮੇਸ਼ਾ ਖੁਸ਼ ਤੇ ਵਸਦੇ ਰਸਦੇ ਰਹਿਣ ਜੀ, ਠੀਕ ਹੈ।